ਹੈਲੋ ਗਾਇਸ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਆਪਾਂ ਗੱਲ ਕਰਾਂਗੇ ਦਲਜੀਤ ਦੁਸਾਂਝ ਦੇ ਬਾਰੇ ਦਲਜੀਤ ਦੁਸਾਂਝ ਦੀ ਦਾ ਇਹ ਈਅਰ ਤਾਂ ਬਹੁਤ ਹੀ ਜ਼ਿਆਦਾ ਵੱਡਾ ਹੈ ਫਿਲਹਾਲ ਕਿਉਂਕਿ ਜੋ ਹੈ ਜੋ ਉਹ ਅੱਜ ਕੱਲ ਕੰਮ ਕਰ ਰਹੇ ਨੇ ਚਾਹੇ ਉਹ ਕਿਤੇ ਵੀ ਹੋਵੇ ਉਹ ਬਹੁਤ ਹੀ ਜ਼ਿਆਦਾ ਲੈਜੈਂਡਰੀ ਹੈ ਉਹਨਾਂ ਦੀ ਇੱਕ ਤਾਂ ਬਹੁਤ ਵੱਡੀ ਫਿਲਮ ਆ ਰਹੀ ਹੈ ਜੋ ਕਿ ਉਹਨਾਂ ਦੀ ਕੈਰੀਅਰ ਦੀ ਬਹੁਤ ਵੱਡੀ ਫਿਲਮ ਹੈ ਤੇ ਨਾਲ ਪੂਰੀ ਜੋ ਹੈ ਪੰਜਾਬੀ ਇੰਡਸਟਰੀ ਦੀ ਕੈਰੀਅਰ ਦੀ ਵੀ ਸਭ ਤੋਂ ਵੱਡੀ ਫਿਲਮ ਹੈ ਨਾਲ ਉਹਨਾਂ ਨੇ ਜੋੜੇ ਵੱਡੇ ਵੱਡੇ ਸ਼ੋਜ਼ ਉਹ ਲਾ ਰਹੇ ਨੇ ਤੇ ਨਾਲ ਉਹਨਾਂ ਦਾ ਇੱਕ ਬਹੁਤ ਵੱਡਾ ਗਾਣਾ ਆ ਰਿਹਾ ਜੋ ਕਿ ਬਿਲਕੁਲ ਹੀ ਐਕਸਪੈਕਟਿਡ ਸੀਗਾ ਸੋ ਚਲੋ ਆਪਾਂ ਸ਼ੁਰੂ ਕਰਦੇ ਆ ਮੇਨਾ ਕਿਸੇ ਦੇਰੀ ਦੇ ਵੀਡੀਓ ਨੂੰ ਤੇ ਪਹਿਲਾਂ ਆਪਾਂ ਗੱਲ ਕਰਦੇ ਆ ਫਿਲਮ ਦੇ ਬਾਰੇ ਸੋ ਫਿਲਮ ਜਟਨ ਜੁਲੀਅਟ 3 ਜੀ ਦਾ ਟ੍ਰੇਲਰ ਰੀਸੈਂਟਲੀ ਰਿਲੀਜ਼ ਹੋ ਚੁੱਕਿਆ ਹੈ ਫਿਲਮ ਨੂੰ ਬਹੁਤ ਹੀ ਵਧੀਆ ਹਾਈਪ ਮਿਲਦੀ ਹੈ ਨੀਰੂ ਬਾਜਵਾ ਜੈਸਮੀਨ ਬਾਜਵਾ ਫਿਲਮ ਵਿੱਚ ਦੇਖਣ ਨੂੰ ਮਿਲਣਗੇ ਰਾਈਟ ਤੇ ਡਾਇਰੈਕਟ ਕੀਤੇ ਜਗਦੀਪ ਸਿੱਧੂ ਨੇ ਪਹਿਲਾਂ ਜੋ ਜਟਨ ਜੁਲੇਡ 1 ਸੀ ਉਹ ਫਿਲਮ ਨੇ ਵੀ ਬਹੁਤ ਹੀ ਵਧੀਆ ਕਮਾਈ ਕੀਤੀ ਸੀ ਜਟਨ ਜੁਲੇਡ 1 ਰਿਲੀਜ਼ ਹੋਈ ਸੀ 2012 ਦੇ ਵਿੱਚ ਬਜਟ ਸੀਗਾ 3.75 ਕਰੋੜ ਦਾ ਵਰਲਡ ਵਾਈਡ ਕਲੈਕਸ਼ਨ 23.09 ਕਰੋੜ ਦੀ ਸੀ ਤੇ ਵਰਲਡ ਇੱਕ ਆਲ ਟਾਈਮ ਬਲੌਕਬਸਟਰ ਦੀ ਜਟਨ ਜੁਲੇਡ 2 ਰਿਲੀਜ਼ ਹੋਈ ਸੀ 2013 ਦੇ ਵਿੱਚ ਇੰਡੀਆ ਕਲੈਕਸ਼ਨ ਸੀਗੀ 16.93 ਕਰੋੜ ਦੀ ਓਵਰਸੀਜ਼ ਕਲੈਕਸ਼ਨ ਸੀ 11.02 ਕਰੋੜ ਦੀ ਵਰਲਡ ਵਾਈਡ ਕਲੈਕਸ਼ਨ 27.95 ਕਰੋੜ ਦੀ ਬਜਟ ਕਿੰਨ 0 ਕਰੋੜ ਦਾ ਤੇ ਵਰਡਿਕ 올 ਟਾਈਮ ਬਲਾਕਬਸਟਰ ਦੀ ਜਟਨ ਜੁਲੀਅਨ 1 ਤੇ 2 ਦੋਨਾਂ ਨੂੰ ਜੋ ਹੈ ਡਾਇਰੈਕਟ ਕੀਤਾ ਸੀਗਾ ਅਨੁਰਾਗ ਸਿੰਘ ਨੇ ਬਹੁਤ ਹੀ ਵੱਡੇ ਡਾਇਰੈਕਟਰ ਨੇ ਅਨੁਰਾਗ ਸਿੰਘ ਜਿਨ੍ਹਾਂ ਨੇ ਪੰਜਾਬ 1984 ਸੁਪਰ ਸਿੰਘ ਡਿਸਕੋ ਸਿੰਘ ਵਰਗੀਆਂ ਫਿਲਮਾਂ ਨੂੰ ਡਾਇਰੈਕਟ ਕੀਤਾ ਹੈ ਬਾਲੀਵੁੱਡ ਦੇ ਵਿੱਚ ਜੋ ਹੈ ਅਨੁਰਾਗ ਸਿੰਘ ਨੇ ਕੇਸਰੀ ਅਕਸ਼ੇ ਕੁਮਾਰ ਦੀ ਫਿਲਮ ਨੂੰ ਡਾਇਰੈਕਟ ਕੀਤਾ ਤੇ ਹੁਣ ਜੋ ਹੈ ਉਹ ਡਾਇਰੈਕਟ ਕਰਨ ਜਾ ਰਹੇ ਨੇ ਬਾਰਡਰ 2 ਨੂੰ ਜੋ ਕਿ ਆਲਸੋ ਸਨੀ ਜੋਲ ਦੀ ਬਹੁਤ ਵੱਡੀ ਫਿਲਮ ਸੀ ਉਹ ਬਾਰਡਰ 1 ਤਾਂ ਬਹੁਤ ਬਲਾਕਬਸਟਰਡ ਹੋਈ ਸੀ ਤੁਹਾਨੂੰ ਬਾਰਡਰ 2 ਦੀ ਵੀ ਹਾਈਪ ਕਾਫੀ ਵਧੀਆ ਚੱਲ ਰਹੀ ਹੈ ਨਿਆਉਂਸ ਰੀਸੈਂਟਲੀ ਕਰ ਦਿੱਤੀ ਹੈ ਸੋ ਜੋ ਹੈ ਹੁਣ ਆਪਾਂ ਗੱਲ ਕਰਦੇ ਜਟਨ ਜੁਲੀਟ 3 ਬਜਟ ਦੇ ਬਾਰੇ ਜਟਨ ਜੁਲੀਟ 3 ਦਾ ਬਜਟ ਲਗਭਗ 15 ਕਰੋੜ ਦਾ ਹੋਊਗਾ ਕਾਫੀ ਵੱਡੀ ਫਿਲਮ ਹੋਣ ਵਾਲੀ ਹੈ 15 ਕਰੋੜ ਤੋਂ ਉੱਤੇ ਵੀ ਹੋਗਾ ਫਿਲਹਾਲ ਐਸਟੀਮੇਟਡ ਇਹਨਾਂ ਦੱਸਿਆ ਜਾ ਰਿਹਾ ਹੈ ਸੋ ਤੁਸੀਂ ਕਮੈਂਟ ਕਰਕੇ ਦੱਸੋ ਕਿੰਨੀ ਕ ਕਲੈਕਸ਼ਨ ਹੋਗੀ ਜਟਨ ਜੁਲੀਟ 3 ਦੀ ਮੈਂਥ ਲਗਾ ਰਾਮ ਨਾਲ 100 ਕਰੋੜ ਅਗਰ ਕੈਰਨ ਜਟਾ 3 ਫਿਲਮ 100 ਕਰੋੜ ਦਾ ਅੰਕੜਾ ਪਾਰ ਕਰ ਸਕਦੀ ਹੈ ਇਹ ਤਾਂ ਫਿਲਮ ਆਬਵੀਅਸਲੀ ਕਰੀ ਜਾਊਗੀ ਕਿਉਂਕਿ ਦਲਜੀਤ ਦਸਾਂਜ ਦਾ ਹੁਣ ਜੋ ਲੈਵਲ ਵਰਲਡ ਵਾਈਡ ਹੋ ਚੁੱਕਿਆ ਹੈ ਤੇ ਆ Song ਜਿਹੜਾ ਹ ਆਫ ਦਾ ਈਅਰ ਕਰਕੇ ਇਹ ਫਿਲ ਇਹ Song ਨੂੰ ਅਨਾਉਂਸ ਕੀਤਾ ਹੈ ਗੈਸ ਵਰਟ ਦਲਜੀਤ ਦੁਸਾਂਝ ਤੇ ਪ੍ਰਭਾਸ ਸਾਊਥ ਦੇ ਕਿੰਗ ਤੇ ਬਾਹੂਬਲੀ ਬਾਹੂਬਲੀ 1 ਬਾਹੂਬਲੀ 2 ਇੰਡੀਆ ਦੀ ਸਭ ਤੋਂ ਜ਼ਿਆਦਾ ਕਮਾਉਣ ਵਾਲੀ ਫਿਲਮ ਬਾਹੂਬਲੀ ਦੇ ਮੇਨ ਲੀਡ ਐਕਟਰ ਪ੍ਰਭਾਸ ਦੇ ਨਾਲ ਜੋ ਹੈ ਗਾਣਾ ਆ ਰਿਹਾ ਦਲਜੀਤ ਦੁਸਾਂਝ ਦਾ ਤੇ ਸਭ ਤੋਂ ਵੱਡੀ ਫਿਲਮ ਦੱਸੀ ਜਾ ਰਹੀ ਹੈ ਫਿਲਮ ਦਾ ਨਾਮ ਹੈ ਕਲਕੀ 2898 AD ਦੇ ਵਿੱਚ ਜੋ ਹੈ ਇਹਨਾਂ ਦਾ ਗਾਣਾ ਆ ਰਿਹਾ ਦਿਲਜੀਤ ਦਸਾਂਜ ਦਾ ਪ੍ਰਭਾਸ ਦੇ ਨਾਲ ਤਾਂ ਤੁਸੀਂ ਸੋਚ ਸਕਦੇ ਹੋ ਕਿੰਨਾ ਕੁ ਵੱਡਾ ਗਾਣਾ ਹੋਊਗਾ ਮੈਂ ਤਾਂ ਇਹ ਨਿਊਜ਼ ਸੁਣ ਕੇ ਖੁਸ਼ ਤੇ ਐਕਸਾਈਟਡ ਸ਼ੌਕ ਮਤਲਬ ਮੇਰੇ ਤਾਂ ਮੈਂ ਕੰਨਾ ਸਵਾਦ ਆ ਗਿਆ ਨਿਊਜ਼ ਨੂੰ ਸੁਣ ਕੇ ਤੇ ਇੱਕ ਹੋਰ ਨਿਊਜ਼ ਹੈ ਜੋ ਕਿ ਹੈ ਜਟ ਅੰਜੁਲੀਟ 3 ਦਾ ਵੀ ਇੱਕ ਹੋਰ ਨਵਾਂ ਗਾਣਾ ਆ ਰਿਹਾ ਹੈ ਹਾਈ ਜੁਲੀਅਟ ਕਰਕੇ ਜਿਹਨੂੰ ਇਹ ਕਿਹਾ ਤੇ ਕੰਪੋਜ਼ ਕੀਤਾ ਹੈ ਜਾਨੀ ਨੇ 뮤직 ਕੀਤਾ ਬਨੀ ਨੇ ਤੇ ਜਲਦੀ ਸਾਂ ਨੇ ਇੱਕ ਗਾਣੇ ਨੂੰ ਗਾਇਆ ਜੋ ਕਿ ਆਪਾਂ ਇਹ ਗਾਣਾ ਥੋੜਾ ਜਿਹਾ ਸੁਣਿਆ ਵੀ ਸੀਗਾ ਟ੍ਰੇਲਰ ਦੇ ਵਿੱਚ ਸੋ ਇਹ ਗਾਣਾ ਰਿਲੀਜ਼ ਹੋਣ ਜਾ ਰਿਹਾ ਕੱਲ ਨੂੰ ਸੋ ਦਲਜੀਤ ਸਾਂ ਫਿਲਹਾਲ ਤਾਂ ਕਹਿ ਸਕਦੇ ਆ ਕਿ ਹੀ ਇਜ਼ ਦਾ ਬੈਸਟ ਹੀ ਇਜ਼ ਦਾ ਲੈਜੈਂਡ ਫਿਲਹਾਲ ਉਹ ਔਨ ਟਾਪ ਨੇ ਤੇ ਆਪਾਂ ਨੂੰ ਪਤਾ ਹੈ ਕਿ ਜਿਵੇਂ ਉਹ ਵਰਲਡ ਵਾਈਡ ਸ਼ੋਜ਼ ਵੀ ਲਗਾ ਰਹੇ ਸੀਗੇ ਪਹਿਲਾਂ ਉਹਨਾਂ ਨੇ ਕੋਚੀਲਾ ਦੇ ਵਿੱਚ ਵਰਲਡ ਰਿਕਾਰਡ ਬਣਾਇਆ ਹੁਣ ਜੋ ਹੈ ਉਹਨਾਂ ਨੇ ਜੋ ਹੈ ਬਹੁਤ ਹੀ ਜਗ੍ਹਾ ਤੇ ਰਿਕਾਰਡ ਕਰ ਰਹੇ ਨੇ ਜਿਵੇਂ ਕਿ bc ਦੇ ਵਿੱਚ ਵੀ ਰਿਕਾਰਡ ਬ੍ਰੇ ਕੀਤਾ ਸੀ ਸ਼ੋਜ਼ ਦੇ ਨਾਲ ਸੋ ਹੀ ਇਸ ਜਸ ਅਨਸਟਾਪੇਬਲ ਨਾਲੇ ਇਹ ਫਿਲਮ ਦਾ ਪ੍ਰੋਮੋ ਜੋ ਹੈ ਕੱਲ ਆਪਾਂ ਨੂੰ ਦੇਖਣ ਨੂੰ ਮਿਲ ਜੂਗਾ ਸੋ ਮਿਲਦੇ ਆਂ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਅਜਿਹੀਆਂ ਵੀਡੀਓ ਤੇ ਰਿਵਿਊ ਵੀਡੀਓ ਤੇ ਲਈ ਸਾਰਿਆਂ ਨੂੰ ਸਬਸਕ੍ਰਾਈਬ ਕਰ ਦਿਓ ਬੈਲ ਆਈਕਨ ਨੂੰ ਦਬਾ ਦਿਓ ਦਿਲਜੀਤ ਉਸਾਂਝ ਪ੍ਰਬਾਜ਼ ਲਈ ਇੱਕ ਲਾਈਕ ਦਾ ਬਣਾਉਣਾ ਜ਼ਰੂਰੀ ਹੈ ਮਿਲਣਾ ਕਿਸੇ ਹੋਰ ਨਵੀਂ ਵੀਡੀਓ ਦੇ ਵਿੱਚ ਰੱਬ ਰਾਖਾ